ਇਹ ਵਾਸਤੇ ਤਿਆਰ ਹੋ ਰਹੇ ਜਾਨਵਰ ਜਿਹਨੇ ਤੇ ਦੋ ਦੰਦ ਨਹੀਂ ਨੇ ਦੋਂਦੇ ਕਿਹੜੀ ਕਿਹੜੀ ਨਸਲ ਹੈ ਬੱਕਰੀ ਕੋਈ ਡੇਰਾ ਕਰੀ ਖਾਂਦੀ ਹੈ ਕੋਈ ਫਾਇਲਾ ਪਾਦੀ ਹੈ ਕੀ ਫੜਿਆ ਕੀ ਜਿਲਾ ਤੇ ਨਾਰੀਅਲ ਮੁੰਦਰਾ ਮਾਦਾ ਪੇੜ ਹੈ ਅੱਛਾ ਮਾਸ਼ਾਅੱਲਾ ਜੀ ਜਨਾਬ ਦੋ ਤੋਂ ਤਿੰਨ ਬੱਚੇ ਦਿੰਦੀ ਹੈ ਬੱਚਾ ਲੰਮਾ ਸਾਇਆ ਹੈ ਜ਼ਬਰਦਸਤ ਹੈ ਵਿਸ਼ਰੀ ਪੂਰੇ ਮੁੱਢ ਲੈਣ ਲੱਗਾ ਜੀ ਜਨਾਬ आलन वसहलन अस्सलामु अलैकुम। उम्मीद है आप सब खैरियत से होंगे, अल्लाह पाक आप सबको अपनी ज़मान में रखे। नाज़रीन आज हम आए हैं यहाँ पे बकरियों के खेत है कि बाहर बकरियाँ ना जी बकरों के फार्म में आए हैं यहाँ पे। ईद के लिए बकरे तैयार हो रहे हैं, बकरियाँ भी इनके पास, तो आपको ये दिखाते भी हैं। माशाल्लाह हमें तो बड़ी पसंद आई जी, बड़ी अच्छी नस्लें हैं और बहुत काट काट है। देखिए हमारे साथ खड़ी हुई, देखें आप बकरे बहुत ज़बरदस्त है। तो इनसे इन्फॉर्मेशन भी लेते हैं आपसे, इनका नंबर भी शेयर करेंगे, एड्रेस भी बताएंगे, अगर किसी ने लेनी हो तो आप इनसे खरीद सकते हैं। आपको दिखाते हैं जनाब, चलो अस्सलाम वालेकुम जी। जी वालेकुम जी, क्या हाल भाई जी को? ईद वास्ते तैयार हो रहे हैं जानवर? जी जनाब सही है। अस्सलाम वालेकुम जी, ठीक हो भाजी? खरीयत है? एक खास नस्ल है कि देसी जड़े आम होंगे? अच्छा कदा जे कढ़न गे? अच्छा क्या बात है, ये ना उत्ते बैठ के नरवाल जाए करेगा लख लख दा जाएगा माशाल्लाह सोने सेहतमंद लगते थे, वजन वजन बाबा ही है। यार देखो खुद तो अड्डा पला जाएगा कि फल जाए ਹੈਗੀ ਹੈ ਟੋਪਾ ਜੀ ਇਹਨਾਂ ਨੂੰ ਕਿਹਾ ਕਿਤਾ ਉਹ ਪਾਰਟ ਟਾਈਮ ਕਸਾਈ ਕੁਸਾਈ ਦਾ ਵੀ ਕੰਮ ਕਰ ਲੈਂਦੇ ਹੋ? ਮੈਂ ਨਹੀਂ ਕਰਦਾ। ਇਹ ਕਿੰਨੀ ਕਿੰਨੀ ਉਮਰ ਦੇ ਹੋ ਗਏ ਹੁਣ? ਇਹਦੇ 10-10 11-11 ਮਹੀਨੇ ਹੋ ਗਏ ਭਈ, ਇਹ ਸਾਲ ਤੋਂ ਥੱਲੇ ਹੀ ਨੇ ਅਜੇ, ਇਹਦੇ 5 ਮਹੀਨੇ ਦਾ। ਕਿੰਨੇ ਕਿੰਨੇ ਦੰਦਾਂ ਦੇ ਹੁੰਦੇ ਨੇ ਇਸ ਟਾਈਮ? ਦੋ ਦੰਦ ਵਿੱਚ ਦੋ ਦੰਦ ਵੀ ਆ ਗਏ, ਦੰਦਾਂ ਵੀ ਆ ਗਏ ਕਿ ਦੋ ਦੰਦ ਤੋਂ ਪੂਰੇ ਆ ਗਏ? ਖੀਰਾ ਵੀ ਆ ਗਿਆ ਕੀ? ਖੀਰਾ ਕਹਿੰਦੇ ਹਨ? ਹਾਂਜੀ ਹਾਂਜੀ, ਖੀਰੇ ਵੀ ਨੇ ਤੇ ਦੋ ਦੰਦ ਵੀ ਨੇ ਦੋਂਦੇ। पूरा ही मुड़ लैन लगा है जी जनाब। ओ तुसी अपने डंगर डुंगर ते संभो चलो चलो जी पार्टी होने लगी जे पै गए जनाब पै गए। ओ की खांदे पे हो? अच्छा इरफान साहब मैनू बड़े पसंद आए जानवर, माशाल्लाह बड़े सोहने, रंग भी बड़े सोहने, सेहत बड़ी सोहनी जनाब, ते देसी माहौल च पले दे जनाब, कोई कोई दवाइयां कोई मेडिसिन कोई स्टीराइड्स कुछ नहीं। आओ जी ओ प्यारे अच्छा भाजी मैं वेखिया सी विच बकरियां भी है जी भाई। अच्छा ਤੇ ਉਹਨਾਂ ਦਾ ਕੀ ਹਿਸਾਬ ਕਾਬ ਹੈ? ਉਹ ਵੀ ਬੱਚੀਆਂ ਸੇਲ ਹੋ ਸਕਦੀ ਹੈ ਭਾਈ? ਠੀਕ ਹੋ ਗਿਆ। ਹਾਂਜੀ ਬੱਚੇ ਵੀ ਸੇਲ ਹੋ ਸਕਦੇ ਆ,
ठीक हो गया। किनिया बकरियां ने बकरियां 10 10 बकरियां ने माशाल्लाह। केडी केडी नस्ल है बकरी? कोई डेरा का जी खांदी है, कोई फैलाबाद है, अच्छा कोई शाहकोटी बकरी है। हां जी भाई नंबर अपना जरा शेयर कर दो। 0306 30 40 43 660 नाम भी अपना दस दो। नाम मेरा भाई शौकत है। शौकत साहब जगह केड़ी है? मैयो दाता नारोवाल। शौकत साहब मैयो दाता नारोवाल जनाब, अगर किसी ने लेना हो देख लो, बड़े खूबसूरत है जनाब जी, रابطہ कर सकते हैं इन्होंने। अजय टाइम अजय है, टाइम बहुत है, बुकिंग भी करा सकते हैं पहले। जानवर जेड़ा बहुत सोने जानवर ने जनाब, क्यों साथी साहब इंजी गल है ना, मेनू जनाब बहुत प्यारे, बहुत जानवर बहुत प्यारे। ਕਿੰਨਾ ਪਤਾ ਜਨਾਬ ਜੀ? ਮਾਸ਼ਾਅੱਲਾ ਜੀ ਦੇਖ ਰਹੇ ਆ ਬੱਕਰੇ ਕਿਤੇ ਬੱਕਰੀਆਂ ਸੇਮ ਸੇਮ ਜਨਾਬ, ਕਦ ਬੱਕਰੀਆਂ ਦਾ ਵੀ ਸੇਮ ਲੱਗਣ ਡਿਆ ਬੱਕਰੀਆਂ ਨਾਲ, ਬੜਾ ਮਾਸ਼ਾਅੱਲਾ ਬੜਾ ਕਦ ਘਟ ਹੈਗਾ। ਨਾਰੀਅਲ ਮੰਗਦੀ ਭੇਡ ਵੀ ਅੱਗੇ ਹੈ ਜੀ, ਨਾਰੀਅਲ ਮੰਗਦੀ ਭੇਡ ਵੀ ਆ ਜਾਏ। ਅੱਛਾ ਉਹ ਵੀ ਸੇਲ ਹੋ ਜਾਏ, ਉਹ ਵੀ ਯਾਰ ਯਾਰ ਲੋਕ ਬੜੀਆਂ ਭੇਡਾਂ ਵੇਂਦੇ ਜੀ, ਸੋਹਣੇ ਵਾਲੀ ਹੈ ਤੇ ਦੋ ਬੱਚੇ ਦਿੰਦੀ ਹੈ ਭਾਈ। ਉਹ ਇਹ ਭੇਡ ਸੋਹਣੀ ਹੈ ਜੀ ਭਾਈ? ਅੱਛਾ ਨਾਰੀਅਲ ਮੰਗਦੀ ਜੀ ਜਨਾਬ, ਆ ਵੇਖੋ ਨਾਰੀਅਲ ਮੰਗਦੀ। ਅੱਛਾ ਇਹ ਕੀ ਹੈ ਭਾਜੀ? ਜੀ ਜਨਾਬ ਇਹ ਮਾਦਾ ਹੈ। ਬੜਾ ਦੱਸ ਕਿੰਨੀ ਉਮਰ ਹੋਣੀ ਆਦੀ? ਆਦੀ ਉਮਰ 1.5 ਸਾਲ। 1.5 ਸਾਲ ਹਜੇ ਤੇ ਜਵਾਨੀ ਆ ਜੀ ਜਨਾਬ। ਕਿੰਨੇ ਕ ਬੱਚੇ ਦੇ ਚੁੱਕੀ ਹੋ? 1.5 ਸਾਲ ਦੇ ਵਿੱਚ ਪਿਛਲੀ ਵਾਰ ਇਹਨੇ ਦੋ ਬੱਚੇ ਦਿੱਤੇ ਸੀ, ਦੋਨੇ ਛਤਰੇ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਜ਼ਬਰਦਸਤ। ਇਹ ਵੀ ਤੁਸੀਂ ਫੋਰ ਸੇਲ ਹੈਗੀ ਆ ਵੀ? ਜੀ ਜਨਾਬ। ਠੀਕ ਹੋ ਗਿਆ ਜਨਾਬ, ਆਪਾਂ ਕਹੀਂ ਇੱਕ ਛੋਟੀ ਜਿਹੀ ਸੇਲ ਕਰ ਲੈ ਵੇ। ਜੀ ਜਨਾਬ। ਅੱਛਾ ਇਹ ਕਿਹੜੀ ਨਸਲ ਹੈ? ਆ ਜੀ ਨਾ ਬੜਾ ਜਨਪੁਰੀ ਬੱਕਰੀ ਆ। ਮਾਸ਼ਾਅੱਲਾ ਜ਼ਬਰਦਸਤ ਜਨਾਬ, ਬੜਾ ਜ਼ਬਰਦਸਤ ਸਾਈਜ਼ ਹੈ ਜੀ। ਜੀ ਜੀ। ਓਏ ਹੋਏ ਹੋਏ, ਕੀ ਬਾਤ, ਪੂਰਾ ਬੱਕਰੇ ਵਾਲਾ ਜਨਾਬ, ਉੱਚਾ ਲੰਮਾ ਸਾਈਜ਼ ਹੈ। ਜੀ ਜੀ। ਜ਼ਬਰਦਸਤ ਹੈ, ਬਿਹਤਰੀਨ। ਅੱਲਾਹ ਪਾਕ ਨਜ਼ਰ ਬਦ ਤੋਂ ਬਚਾਏ ਜੀ। ਆਮੀਨ। ਅੱਛਾ ਹੋਰ ਕਿਹੜੀ ਜੀ? ਹੋਰ ਵੀ ਵਿਖਾਓ। ਹੋਰ ਜਨਾਬ, ਹੋਰ ਹੈ ਨਹੀਂ ਹੋਰ। ਹੈ ਜਨਾਬ ਮਦਰਸਾ ਮੰਡੀ। ਉਹ ਕਿੱਥੇ ਹੈਗੀ ਹੈ ਜੀ? ਉਹ ਜਨਾਬ ਮਾਸ਼ਾਅੱਲਾ ਬੜਾ ਜ਼ਬਰਦਸਤ ਹੈ ਜਨਾਬ। ਜੀ ਜੀ, ਫੁੱਲੀ ਲੋਡਡ ਹੈ ਦੇ ਨਾਲ ਮੰਡੀ ਮਦਰਸਾ ਹੈ, ਮਦਰਸਾ ਮੰਡੀ ਦੀਆਂ ਨੇ। ਜ਼ਬਰਦਸਤ ਹੈ ਜਨਾਬ, ਮਾਸ਼ਾਅੱਲਾ ਤੁਹਾਡੇ ਜਾਨਵਰ ਸਾਰੇ ਬੜੇ ਸੋਹਣੇ ਸਿਹਤਮੰਦ ਹੈ ਜਨਾਬ, ਫੁੱਲ ਐਕਟਿਵ ਜਨਾਬ, ਚੁਸਤ। ਜੀ ਜੀ, ਜ਼ਬਰਦਸਤ। ਚਲੋ ਤੁਹਾਡਾ ਨੰਬਰ ਸ਼ੇਅਰ ਕਰ ਦਿੱਤਾ, ਜਿਹਨਾਂ ਨੇ ਲੈਣੀ ਹੋਏਗੀ ਇਨਸ਼ਾਅੱਲਾ ਤੁਹਾਡਾ ਰਾਬਤਾ ਕਰ ਲੈਣਗੇ। ਮਯੂ ਦਾਤਾ ਨਾਰੋਵਾਲ ਜੀ, ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜਨਾਬ, ਫਿਰ ਇਨਸ਼ਾਅੱਲਾ ਜ਼ਿੰਦਗੀ ਵਿੱਚ ਫਿਰ ਮਿਲਾਂਗੇ। ਖੁਦਾ ਹਾਫਿਜ਼ ਜੀ। ਅੱਲਾਹ।